ਲੋਕਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਨ ਵਾਲੇ ਐਕਸਾਈਜ਼ ਵਿਭਾਗ ਦੇ ਕਰਮਚਾਰੀ ਦੇ ਘਰ ਚੋਰ ਨੇ ਛਾਪਾ ਮਾਰਿਆ। ਐਕਸਾਈਜ਼ ਵਿਭਾਗ ਵਿੱਚ ਨੌਕਰੀ ਕਰਦੇ ਘਰ ਦੇ ਪੀੜਿਤ ਮਾਲਕ ਵਿਸ਼ਨੂੰ ਅਰੋੜਾ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਤੇ ਗਏ ਹੋਏ ਸੀ ਅਤੇ ਉਹਨਾਂ ਦੀ ਪਤਨੀ ਬੁਟੀਕ ਦਾ ਕੰਮ ਕਰਦੀ ਹੈ ਅਤੇ ਉਹ ਆਪਣੇ ਬੁਟੀਕ ਤੇ ਗਈ ਹੋਈ ਸੀ। ਬੇਟਾ ਸਕੂਲ ਵਿੱਚ ਅਧਿਆਪਕ ਹੈ ਅਤੇ ਉਹ ਵੀ ਸਕੂਲ ਗਿਆ ਹੋਇਆ ਸੀ। ਘਰ ਨੂੰ ਤਾਲੇ ਲੱਗੇ ਹੋਏ ਸੀ। ਉਸ ਸਮੇਂ ਹੀ ਚੋਰ ਨੇ ਸਾਡੇ ਘਰ ਨੂੰ ਨਿਸ਼ਾਨਾ ਬਣਾਇਆ। ਜਦੋਂ ਪਤਨੀ ਅਤੇ ਬੇਟਾ 3 ਵਜੇ ਦੇ ਕਰੀਬ ਘਰ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਘਰ ਅੰਦਰ ਚੋਰੀ ਹੋ ਗਈ ਹੈ ਅਤੇ ਬੇਟੇ ਨੇ ਮੈਨੂੰ ਫੋਨ ਕੀਤਾ ਅਤੇ ਮੈਂ ਵੀ ਆਪਣੀ ਡਿਊਟੀ ਤੋਂ ਘਰੇ ਆਇਆ ਤਾਂ ਦੇਖਿਆ ਕਿ ਘਰ ਦੇ ਅੰਦਰਲੇ ਦਰਵਾਜ਼ਿਆਂ ਤੇ ਤਾਲੇ ਟੁੱਟੇ ਹੋਏ ਸੀ। ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਸੀ ਪਰ ਅੰਦਰ ਸਾਰਾ ਸਮਾਨ ਖਿਲਰਿਆ ਹੋਇਆ ਸੀ। ਅਲਮਾਰੀਆਂ ਅਤੇ ਬੈੱਡ ਦੀ ਫਰੋਲਾ ਫਰੋਲੀ ਕੀਤੀ ਗਈ ਸੀ। ਘਰ ਅੰਦਰੋਂ 25,000 ਦੀ ਨਗਦੀ, 1 ਸੋਨੇ ਦੀ ਮੁੰਦਰੀ ਅਤੇ 1 ਸੋਨੇ ਦੀ ਚੇਨ ਗਾਇਬ ਸੀ। ਉੱਥੇ ਹੀ ਇਤਲਾ ਮਿਲਦੇ ਹੀ ਮੌਕੇ ਦੇਖਣ ਪਹੁੰਚੇ ਪੁਲਿਸ ਅਧਿਕਾਰੀ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰ ਮੀਡੀਆ ਦੇ ਸਵਾਲ ਕਿ ਚੋਰੀਆਂ ਬਹੁਤ ਵੱਧ ਗਈਆਂ ਹਨ ਦਾ ਜਵਾਬ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਖੁਦ ਮੰਨਿਆ ਕਿ ਪੁਲਿਸ ਨਾਕੇਬੰਦੀ ਤਾਂ ਹਰ ਜਗ੍ਹਾ ਕਰਦੀ ਹੈ ਪਰ ਲੱਗਦਾ ਹੈ ਹਾਲੇ ਵੀ ਕੁਛ ਤਰੁੱਟੀਆਂ ਰਹਿ ਗਈਆਂ ਹਨ। ਮੈਂ ਵਿਸ਼ਨੂੰ ਅਰੋੜਾ, ਮੇਰਾ ਨਾਂ ਜੇ ਮੈਂ ਚੈਲਜ ਮੈਂ ਕੰਮ ਕਰਦਾ ਹਾਂ ਅਤੇ ਮੈਂ ਦੁਪਹਿਰ ਨੂੰ ਡਿਊਟੀ 'ਤੇ ਗਿਆ ਤਾ ਸੀ। ਮਿਸੀ ਮੇਰੀ ਬਰੀਜ ਦਾ ਕੰਮ ਕਰਦੀ ਹੈ, ਲਾਗੇ ਕੋਠੀ ਇੱਥੇ, ਅਤੇ ਬੇਟਾ ਮੇਰਾ ਪ੍ਰੇ ਸਕੂਲ ਟੀਚਰ ਆ, ਬੱਚੇ ਪੜ੍ਹਾਉਂਦਾ। ਅਤੇ ਮੈਨੂੰ ਕੋਈ 3 ਵਜੇ 3:15 ਨੂੰ ਫੋਨ ਗਿਆ ਵਾ ਅਤੇ ਕਹਿੰਦਾ ਜੀ ਬੇਟਾ ਕਹਿੰਦਾ ਪਾਪਾ ਘਰ ਚੋਰੀ ਹੋ ਗਈ ਹੈ। ਅਤੇ ਮੈਂ ਕਿੱਦਾਂ ਯਾਰ ਤੈਨੂੰ ਕਿੰਨੇ ਕਿਹਾ, ਕਹਿੰਦਾ ਮੰਮੀ ਦਾ ਫੋਨ, ਮੰਮੀ ਰੋਣ ਦੇ ਰਹੇ ਆ। ਮੈਂ ਪੈਲਸ, ਮੈਂ ਰਾਜਵੀਰ ਦੇ ਕਹਾਂਗੇ ਪੈਲਸ ਦੇ ਵਿੱਚ ਡਿਊਟੀ ਸੀ ਮੇਰੀ, ਮੈਂ ਉੱਥੋਂ ਹੋ ਕੇ ਜਦੋਂ ਆ ਕੇ ਵਾਪਸ ਵੇਖਿਆ ਵਾ ਅਤੇ ਇੱਥੇ ਬਾਬਾ ਮਹੱਲੇ ਦੇ ਲੋਕ ਇਕੱਠੇ ਹੋਏ ਰਹੇ ਸੀ ਅਤੇ ਜਾ ਕੇ ਅੰਦਰ ਵੇਖਿਆ ਵਾ, ਸਾਰਾ ਖਲੇਰਾ ਪਿਆ ਤਾ, ਬੈੱਡ ਬੁੱਡ ਖਿਲੇ ਤਾ, ਚਾਦਰ ਖਿਲ ਗਿਆ ਸੀ, ਵਾਈਫ ਦਾ ਪਰਸ ਖੋਲਿਆ ਤਾ ਅਤੇ ਬੇਟੇ ਦਾ ਪਰਸ ਖੋਲਿਆ ਤਾ, ਜਾਲੀ ਟੁੱਟੀ ਪਈ ਸੀਗੀ ਅਤੇ ਜਦ ਸੋਈ 'ਚ ਗਏ ਹਾਂ ਅਤੇ ਸੋਈ 'ਚ ਸ਼ੀਸ਼ਾ ਟੁੱਟਾ ਗਿਆ ਤਾ ਸੀ ਅਤੇ ਕਮਰੇ 'ਚੋਂ ਪਿਛਲੇ ਬੰਨੇ ਦੂਜਾ ਬੋਹ ਆਉਂਦਾ ਸੀਗਾ ਉਹ ਵੀ ਟੁੱਟੇ ਪਏ ਗਏ ਅਤੇ ਜਿੰਨੇ ਵੀ ਪੈਸੇ ਕੈਸ਼ ਹੈਗੇ ਸੀ ਸਾਰਾ ਲੁੱਟ ਕੇ ਲੈ ਗਏ ਆ। ਹਾਂਜੀ ਕਿੰਨੀ ਦੱਸਿਆ ਸਰ? 24-25,000 ਰੁਪਏ ਕੈਸ਼ ਹੈਗਾ ਸੀ, ਕੁਛ ਬੇਟੇ ਦੇ ਸੀ ਪੈਸੇ ਅਤੇ ਕੁਛ ਮੇਰੀ ਵਾਈਫ ਦੇ ਸੀਗੇ, ਕੋਈ ਥੋੜ੍ਹੇ ਬਹੁਤੇ ਮੇਰੇ ਪੈ ਰਹੇ। ਚਲੋ ਰਾਤ ਨੂੰ ਕਿਸੇ ਅੱਧੀ ਫੀਸ ਦੀ ਲੋੜ ਪੈ ਰਹੀ ਹੈ ਅਤੇ ਉਹ ਲੋੜ ਵਿੱਚ ਇੰਨੇ ਕੁ ਪੈਸੇ ਤਾਂ ਕਰ ਰੱਖੇ ਸੀਗੇ। ਹੋਰ ਇਸ ਤੋਂ ਇਲਾਵਾ ਕੀ? ਹਾਂਜੀ ਹੋਰ ਇਸ ਤੋਂ ਕੈਸ਼ ਤੋਂ ਇਲਾਵਾ ਉਹ ਇੱਕ ਮੁੰਦਰੀ ਸਰ ਅਤੇ ਇੱਕ ਚੈਨੀ। ਹਾਂਜੀ ਵਿਸ਼ਨੂੰ ਨਾਮ ਦੇ ਵਿਅਕਤੀ ਭਾਅ ਜੀ, ਇਹ ਸੂਚਨਾ ਆਈ ਵੀ ਚੋਰੀ ਹੋਈ, ਇੱਥੇ ਮੌਕੇ 'ਤੇ ਆਏ ਹਾਂ ਅਤੇ CCTV ਫੁਟੇਜ ਕਢਾਈ ਆ, ਉਹ ਵੀਊ ਆਉਂਦਾ ਇਹਨਾਂ ਦੇ ਘਰ ਚੋਰੀ ਕਰਨ ਸੰਬੰਧੀ ਕੰਧ ਟਾਪੇ ਦਾ, ਬਾਕੀ ਇਨਵੈਸਟੀਗੇਸ਼ਨ ਜਾਰੀ ਹੈ, ਛੇਤੀ ਹੀ ਫੜ ਲਾਂਗੇ। ਬਿਲਕੁਲ ਲਗਾਤਾਰ ਚੋਰੀਆਂ ਦੇ ਮਾਮਲੇ ਵੇਖ ਲਓ ਸਾਹਮਣੇ ਸ਼ਹਿਰ 'ਚ ਆਉਂਦੇ ਨੇ, ਇਹਨਾਂ ਦੀ ਕਦੋਂ ਤੱਕ ਨਕੇਲ ਕੱਸੀ ਜਾਏ? ਦੇਖੋ ਜੀ, ਵੱਖ ਵੱਖ ਨਾਕੇ ਲਾਏ ਜਾ ਰਹੇ, ਗਸ਼ਤਾਂ ਚਲਾਈਆਂ ਜਾ ਰਹੀਆਂ, ਪਰ ਹੁਣ ਕਈ ਵਿੱਚ ਟੁੱਟੀਆਂ ਰਹਿ ਗਈਆਂ।